एशिया टीवी ते आप सब दा स्वागत है जी। तुसी देख रहे हो प्रोग्राम गलबात ते मैं थोड़ा होस्ट नरेंद्र जी सिंह ही ते रोजाना दी तरह मेरे नाल स्टूडियो विच शामिल हन जसजीत सिंह जी थामी। तुहानू साहब बहुत-बहुत स्वागत है जी थोड़ा। बहुत धन्यवाद भाई साहब जी तुहाडा। तुसी हमेशा मैनू मौका दिंदे आ अपने दर्शकां दे नाल गलबात दी सांझ पाउण दा। कोई नवीआं पुराणीआं खबरां दे नाल आपां रोजाना सांझ पाउंदे आ। बिलकुल जी, इस लई जिहड़ा एशिया टीवी देख रहे ने सारे ही तमाम साडे दर्शक उन्हां नूं प्यार ते सत्कार भरी सति श्री अकाल भाजी। ठीक है भाजी, अज आपां शुरुआत करांगे जी पंजाब तों। तमी साहब जी भाजी, ते कल आपां खबर सांझी कीती सी सिमरजीत सिंह बैंस होणा बारे। हां जी, ते अज उह कहिंदे आ कोई जिहड़ी हैगी आ उह खबर कोई नवां मोड़ लै गई आ। हाँ जी भाजी, लोक इंसाफ पार्टी के प्रधान ने हाँ जी 4 साल पहला पार्टी बनी सी सिमरजीत सिंह जिहड़े बैंस साहब आ। ठीक है, ते लेकिन एक्टिव आ जवान। हाँ जी, कामकार एक्टिव आ, जानी के पूरा करप्शन के पिछे बड़ा पे आया। हुण उन्होंने एक यात्रा शुरू की सीगी। ठीक है, जागरूक लोगों नूं करन वास्ते, जिहदे विच उन्हां ने किसानां दे बिलां बारे गलबात करनी शुरू की सी। ठीक है, ते कल भाई साहब जी उन्हां दे उत्ते जिहड़ी तुहानूं आपां खबर सांझी की सी वी इक बीबा ने दरखास्त दिती आ वी मैनूं इन धक्का कीता। ठीक है, ते उहदे विच अज इक घर दी गल वी आ गई जी। घर लै के दित्ता, उह मेरे घर वाले दी डैथ हो गई कहिंदी आ, फिर उह मेरे तों नहीं घर हुंदा सीगा, उहदे पैसे नहीं दे हुंदे सी जिहड़ा लोन लिया सीगा। ठीक है, ते मैं सिमरजीत बैंस कोल मदद लई गई सी। ठीक है, ते फिर उहनां ने एडा क तकड़ा ब्लेम ला दित्ता। मैं माफ़ी चाहुंदा उह चीज़ां लई, ਬਈ ਸਾਰਿਆਂ ਨੇ ਪੜ੍ਹਿਆ ਵੀ ਹੋਊਗਾ ਖਬਰਾਂ ਤੇ, ਕਿਉਂਕਿ ਸੋਸ਼ਲ ਮੀਡੀਆ ਅੱਜ ਕੱਲ੍ਹ ਬੜਾ ਭਾਰੀ ਆ। ਬਿਲਕੁਲ ਜੀ, ਬਿਲਕੁਲ। ਤੇ ਲੇਕਿਨ ਉਹ ਬੀਬਾ ਨੇ ਬਹੁਤ ਇਹੋ ਜਿਹਾ ਇਲਜ਼ਾਮ ਲਾਏ ਆ ਵੀ ਜਿਹੜੇ ਆਪਾਂ ਨਹੀਂ ਇਸ ਮਾਧਿਅਮ ਦੇ ਜ਼ਰੀ ਬਿਆਨ ਨਹੀਂ ਕਰ ਸਕਦੇ, ਪਰ ਇੱਕ ਆਪਾਂ ਪੱਖ ਨਹੀਂ ਲੈ ਰਹੇ ਕਿਸੇ ਦਾ ਵੀ। ਹਾਂਜੀ ਹਾਂਜੀ, ਲੇਕਿਨ ਉਹ ਮਹਿਲਾ ਦੇ ਵੱਲੋਂ ਜੋ ਇਲਜ਼ਾਮ ਲਾਏ ਗਏ ਆ ਉਹਦੇ ਵਿੱਚ ਹੁਣ ਕਿੰਨੀ ਕੁ ਸੱਚਾਈ ਆ ਉਹ ਗਾਂ ਇਨਵੈਸਟੀਗੇਸ਼ਨ ਵੇਲੇ ਪਤਾ ਲੱਗੂਗਾ। ਠੀਕ ਹੈ, ਕਿਉਂਕਿ ਉਹਦੇ ਵਿੱਚ ਕਾਰਵਾਈ ਵੀ ਹੋਣੀ ਆ ਹੁਣ। ਹਾਂਜੀ ਹਾਂਜੀ, ਬਿਆਨ ਵੀ ਹੋਣੇ ਆ, ਮੈਡੀਕਲ ਵੀ ਹੋਊਗਾ। ਬਿਲਕੁਲ ਜੀ, ਬਿਲਕੁਲ। ਲੇਕਿਨ ਸਿਮਰਜੀਤ ਸਿੰਘ ਜਿਹੜੇ ਬੈਂਸ ਆ, ਹਾਂਜੀ, ਉਹਨਾਂ ਨੇ ਕਿਹਾ ਵੀ ਮੈਨੂੰ ਸ਼ਰਿਆਮ ਇੱਕ ਰਾਜਨੀਤਿਕ ਤੌਰ ਤੇ ਉੱਤੇ ਜਿਹੜਾ ਆ ਇਹ ਜਾਣੀ ਕਿ ਜਿਹੜਾ ਆ ਟਾਰਗੇਟ ਬਣਾਇਆ। ਠੀਕ ਹੈ ਜੀ, ਵੀ ਮੇਰੀ ਰਾਜਨੀਤੀ ਤੇ, ਹਾਂਜੀ ਹਾਂਜੀ, ਮੇਰੇ ਆਪਣੇ ਨਿੱਜੀ ਜਿਹੜਾ ਆ ਮੇਰਾ ਅਸਰ ਸੂਖ ਆ ਉਹਦੇ, ਬਿਲਕੁਲ, ਜਾਣੀ ਕਿ ਉਹਨੂੰ ਇੱਕ ਵੱਡੀ ਵੱਡੀ ਠੇਸ ਪਹੁੰਚਾਈ ਜਾ ਰਹੀ ਆ। ਹਾਂਜੀ ਹਾਂਜੀ, ਜਿਹੜੀ ਕਿ ਉਹਨਾਂ ਦੇ ਮਨ ਨੂੰ ਇਸ ਲਈ ਝੰਜੋਰ ਕੇ ਸੱਟਿਆ ਆ। ਠੀਕ ਹੈ ਜੀ, ਵੀ ਮੈਂ ਕੋਈ ਹੋਰ ਕੰਮ ਨਾ ਕਰ ਸਕਾਂ, ਕਿਤੇ ਬਾਹਰ ਨਾ ਜਾ ਸਕਾਂ। ਠੀਕ ਹੈ, ਜਾਂ ਕੁਛ ਵੀ, ਜਾਣੀ ਕਿ ਜਿੱਦਾਂ ਹੁਣ ਉਹ ਐਕਟਿਵ ਆ। ਹਾਂਜੀ ਹਾਂਜੀ, ਹੁਣ ਉਹਨਾਂ ਨੇ ਅੱਜ ਯਾਤਰਾ ਸ਼ੁਰੂ ਕੀਤੀ ਸੀਗੀ। ਠੀਕ ਹੈ, ਤੇ ਆਪਣੇ ਕੋਲ ਇੱਕ ਉਹਨਾਂ ਦੀ ਵੀਡੀਓ ਰਿਕਾਰਡਿੰਗ ਆਈ ਆ। ਠੀਕ ਹੈ, ਜਿਹੜਾ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਮੈਂ ਕਰਵਾ ਕੇ ਹਟੂੰਗਾ। ਠੀਕ ਹੈ, ਉਹ ਵੀ ਆਪਾਂ ਆਪਣੇ ਦਰਸ਼ਕਾਂ ਨਾਲ ਹੁਣ ਸਾਂਝੀ ਕਰਦੇ ਹਾਂ। ਠੀਕ ਹੈ, ਇਹ ਸਰਕਾਰਾਂ ਵੱਲੋਂ ਕੋਈ ਪਹਿਲਾ ਇਲਜ਼ਾਮ ਨਹੀਂ ਗਾ ਮੇਰੇ ਤੇ। ਪਹਿਲਾਂ ਝੂਠੇ ਇਲਜ਼ਾਮਾਂ ਦੇ ਤਹਿਤ ਦਰਜਣਾ ਝੂਠੇ ਮੁਕੱਦਮੇ ਦਰਜ ਕੀਤੇ ਗਏ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ। ਜੋ ਦਰਖਾਸਤ ਕੰਪਲੇਂਟ ਦੇ ਰੂਪ ਦੇ ਵਿੱਚ ਇਹ ਸੱਤਾਧਾਰੀ ਲੋਕਾਂ ਨੇ ਪੁਲਿਸ ਨੂੰ ਦਵਾਈ ਆ, ਜਿੱਦਣ ਅਸੀਂ ਹਰੀ ਕੇ ਪਤਨ ਤੋਂ ਪੰਜਾਬ ਅਧਿਕਾਰ ਯਾਤਰਾ ਸਟਾਰਟ ਕਰਦੇ ਹਾਂ ਤੇ ਉਸੇ ਦਿਨ ਉਧਰ ਕੰਪਲੇਂਟ ਫਾਈਲ ਹੁੰਦੀ ਹੈ। ਇਸ ਔਰਤ ਦੀ ਪਹਿਲੀ ਕੰਪਲੇਂਟ ADCP ਤੇਜਾ ADCP 2 ਉੱਥੇ ਮਾਫੀ ਮੰਗੀ, ਸੇਮ ਉਹਦੇ ਚ ਐਲੀਗੇਸ਼ਨ ਲਾਏ ਗਏ ਸੀਗੇ। ਸੋ ਮੈਂ ਇਹ ਜ਼ਰੂਰ ਕਹੂੰਗਾ ਕਿ ਜਦੋਂ ਸੋਨੇ ਦੀ ਪਿਓਰਿਟੀ ਲੈਣੀ ਹੋਵੇ ਤੇ ਉਹਨੂੰ ਤਪਣਾ ਪੈਂਦਾ ਕੁਠਾਲੀ ਦੇ ਵਿੱਚ। ਮੈਨੂੰ ਕਿਸੇ ਸਰਕਾਰ ਦੀ ਧਮਕੀ ਦਾ ਅਸਰ ਨਹੀਂ ਗਾ। ਮੈਂ ਕਿਸੇ ਜਿਹੜੇ ਫੋਕੇ ਫੈਰ ਹੈਗੇ ਉਹਨਾਂ ਤੋਂ ਡਰਨ ਵਾਲਾ ਨਹੀਂ ਗਾ। ਮੇਰਾ ਜੀਵਨ ਖੁੱਲੀ ਕਿਤਾਬ ਆ, ਕੋਈ ਬੰਦਾ ਕੋਈ ਸਫ਼ਾ ਪੜ੍ਹ ਸਕਦਾ। ਮੇਰੇ ਕਿਰਦਾਰ ਪ੍ਰਤੀ, ਕਰੈਕਟਰ ਪ੍ਰਤੀ ਪੂਰੀ ਦੁਨੀਆ ਚ ਵਸਦੇ ਪੰਜਾਬੀ ਜਾਣਦੇ ਆ। ਸੋ ਇਹ ਜਿਹੜੀ ਸਿਰਫ ਤੇ ਸਿਰਫ ਕੰਪਲੇਂਟ ਆ ਉਹ ਪੰਜਾਬ ਅਧਿਕਾਰ ਯਾਤਰਾ ਦੇ ਪ੍ਰਚਾਰ ਨੂੰ ਮੱਧਮ ਕਰਨ ਲਈ, ਲੋਕਾਂ ਦੀ ਅਟੈਂਸ਼ਨ ਡਾਈਵਰਟ ਕਰਨ ਲਈ ਆ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਦੋਸਤੋ, ਮੈਂ ਇਸ ਗੱਲ ਦਾ ਇਨਸ਼ੋਰ ਕਰਦਾ। ਜਿਨ੍ਹਾਂ ਨੇ ਆਪਣਾ ਪੱਖ ਰੱਖਿਆ, ਆਪਣੀ ਜਿਹੜੀ ਉਹਨਾਂ ਤੇ ਇਲਜ਼ਾਮ ਲਾਏ ਜਾ ਰਹੇ ਆ ਤੇ ਉਹਨਾਂ ਬਾਰੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ। ਠੀਕ ਹੈ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਇਸ ਚੀਜ਼ ਦੀ ਇਨਕੁਆਇਰੀ ਜਦੋਂ ਕਰੂਗਾ। ਹਾਂਜੀ ਹਾਂਜੀ, ਸਿਮਰਜੀਤ ਸਿੰਘ ਬੈਂਸ ਉਹਨਾਂ ਦਾ ਕਹਿਣਾ ਇੱਕ ਜਿਹੜਾ ਵੱਡੀ ਗੱਲ ਸੀਗੀ, ਕਹਿੰਦੇ ਵੀ ਸਮੇਂ ਸਮੇਂ ਦੇ ਉੱਤੇ ਮੇਰੇ ਤੇ ਗਲਤ ਪਰਚੇ ਵੀ ਦਰਜ ਕੀਤੇ ਗਏ ਆ। ਹਾਂਜੀ, ਕਦੀ ਮੈਨੂੰ ਟੈਕਸਾਂ ਦੇ ਬਾਰੇ ਇੱਦਾਂ ਕਿਹਾ ਗਿਆ ਵੀ ਟੈਕਸਾਂ ਦੇ ਵਿੱਚ ਇਹਨੂੰ ਘਪਲਾ ਕਰ ਲਿਆ। ਹਾਂਜੀ ਹਾਂਜੀ, ਜਾਂ ਕੋਈ ਮੈਂ ਕਿਸੇ ਦੇ ਕਬਜ਼ਾ ਕਰ ਲਿਆ, ਜਾਂ ਮੈਂ ਕਿਸੇ ਨਾਲ ਬੇਈਮਾਨੀ ਕਰ ਲਈ। ਵੀ ਜਦੋਂ ਕੋਈ ਅਸੀਂ ਨਵੀਂ ਚੀਜ਼ ਲਹਿਰ ਲੈ ਕੇ ਤੁਰਦੇ ਆ ਲੋਕਾਂ ਨੂੰ ਜਾਗਰੂਕ ਕਰਨ ਲਈ, ਉਦੋਂ ਹੀ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਆ ਉਹ ਸਾਡੇ ਤੇ ਕੁਛ ਨਾ ਕੁਛ ਇਹੋ ਜਿਹਾ ਕਰ ਦਿੰਦੀਆਂ ਜਿਹਦੇ ਨਾਲ ਕਿ ਆਮ ਲੋਕਾਂ ਦੇ ਵਿੱਚ ਪਤਾ ਹੀ ਆ ਸਾਡੇ ਬਾਰੇ। ਉਹ ਕਹਿੰਦੇ ਹਾਂਜੀ ਹਾਂਜੀ, ਵੀ ਸਾਡੇ ਬਾਰੇ ਲੋਕਾਂ ਨੂੰ ਪਤਾ ਹੀ ਆ ਵੀ ਅਸੀਂ ਕਿਹੋ ਜਿਹਾ ਕੰਮ ਕਰਦੇ ਹਾਂ,
ਸਾਡਾ ਜਿਹੜਾ ਮੇਨ ਮਕਸਦ ਆ ਵੀ ਧੱਕਾ ਨਹੀਂ ਅਸੀਂ ਹੋਣ ਦਿੰਦੇ ਕਿਸੇ ਨਾਲ। ਬਿਲਕੁਲ ਜੀ ਬਿਲਕੁਲ, ਸਮੇਂ ਸਮੇਂ ਤੇ ਉਹਨਾਂ ਦੇ ਰਾਹ ਚ ਜਿਹੜੇ ਅੜਕੇ ਉਹ ਖੜੇ ਕੀਤੇ ਜਾਂਦੇ। ਬਿਲਕੁਲ ਜੀ, ਇਹ ਹੁਣ ਦੇਖੋ ਮੌਕਾ ਦੱਸੂਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਨਕੁਆਇਰੀ ਜਦੋਂ ਹੁੰਦੀ ਆ ਤੇ ਕੀ ਸਾਹਮਣੇ ਆਉਂਦਾ ਤਾਂ ਕੀ ਸਾਹਮਣੇ। ਬਿਲਕੁਲ ਬਿਲਕੁਲ, ਤਾਂ ਸਾਹਿਬ ਅੱਜ ਹੁਣ ਗੱਲ ਕਰਾਂਗੇ ਆਪਾਂ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਹੈਗੇ ਅਰਵਿੰਦ ਕੇਜਰੀਵਾਲ ਜੀ, ਉਹਨਾਂ ਨੇ ਕੁਝ ਵਿਆਹ ਸਮਾਗਮਾਂ ਦੇ ਜਿਹੜੀ ਕੋਈ ਖਾਸ ਛੋਟ ਦਿੱਤੀ ਹੋ ਸੀਗੀ, ਹਾਂਜੀ ਉਹ ਵਾਪਸ ਲੈ ਲਈ ਹੈ। ਹਾਂ ਭਾਜੀ, ਉਹਨਾਂ ਦੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਹਾਂਜੀ ਹਾਂਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੇ ਇੱਕ ਬੜਾ ਵੱਡਾ ਕੱਲ ਲਾਈਵ ਹੋ ਕੇ ਸਟੇਟਮੈਂਟ ਦਿੱਤੀ ਆ। ਹਾਂਜੀ ਹਾਂਜੀ, ਉਹ ਕਹਿੰਦੇ ਵੀ ਦੀਵਾਲੀ ਦੇ ਉੱਤੇ ਲੋਕਾਂ ਨੇ ਮਾਸਕ ਨਾ ਪਹਿਨਣ ਕਰਕੇ ਇੰਨਾ ਕੇ ਕਰੋਨੇ ਦਾ ਜਿਹੜਾ ਆ ਫਲਾਅ ਹੋ ਗਿਆ ਵੀ ਲੋਕਾਂ ਦੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹਲੇ। ਬਿਲਕੁਲ ਵੀ ਦਿਨ ਬੇ ਦਿਨ ਕੇਸ ਬਹੁਤ ਜ਼ਿਆਦਾ ਵੱਧ ਰਹੇ ਆ। ਬਿਲਕੁਲ, ਲੇਕਿਨ ਚਿੰਤਾ ਨੂੰ ਦੇਖਦਿਆਂ ਉਹਨਾਂ ਨੇ ਪਹਿਲਾਂ 50 ਬੰਦਿਆਂ ਤੋਂ 200 ਬੰਦਾ ਕੀਤਾ ਸੀਗਾ ਵਿਆਹ ਸ਼ਾਦੀਆਂ ਦੇ ਉੱਤੇ, ਠੀਕ ਹੈ ਜੀ। ਫਿਰ ਮੁੜ ਕੇ ਉਹਨਾਂ ਨੇ ਉਹੀ ਭਾਜੀ ਮੁੜ ਕੇ ਵਾਪਸ 50 ਦੇ ਉੱਤੇ ਹੁਣ 200 ਬੰਦੇ ਤੋਂ 50 ਬੰਦਿਆਂ ਤੱਕ ਲਿਆਂਦਾ, ਠੀਕ ਹੈ। ਉਹ ਕਹਿੰਦੇ ਵੀ ਇਹ ਸਾਨੂੰ ਮਜਬੂਰੀ ਕਾਰਨ ਕਰਨਾ ਪਿਆ, ਕਰਨਾ ਪਿਆ, ਠੀਕ ਹੈ। ਜੇ ਹੋਰ ਵੀ ਸਾਨੂੰ ਕੋਈ ਪਬਲਿਕ ਦੀ ਹੈਲਥ ਲਈ ਜਾਂ ਪਬਲਿਕ ਦੀ ਸੇਫਟੀ ਲਈ ਕੁਛ ਉਪਰਾਲਾ ਕਰਨਾ ਪਿਆ ਤਾਂ ਅਸੀਂ ਕੇਂਦਰ ਸਰਕਾਰ ਨੂੰ ਲਿਖਾਂਗੇ ਅਤੇ ਉਹਨਾਂ ਤੋਂ ਅਸੀਂ ਸਹਿਯੋਗ ਮੰਗਾਂਗੇ, ਠੀਕ ਹੈ। ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਲਾ ਲਓ ਜੇ ਕੋਈ ਵੀ ਹੋ ਸਕਦੀ ਸੀ, ਲੇਕਿਨ ਉਹ ਕੇਂਦਰ ਦੇ ਬਗੈਰ ਕੁਛ ਇੱਦਾਂ ਦਾ ਸਟੈਪ ਬੜਾ ਨਹੀਂ ਪੱਟ ਸਕਦੇ। ਬਿਲਕੁਲ ਜੀ ਬਿਲਕੁਲ, ਜੇ ਉਹਨਾਂ ਨੂੰ ਉਹਨਾਂ ਦਾ ਕਹਿਣ ਦਾ ਮਤਲਬ ਵੀ ਜੇ ਸਾਨੂੰ ਕੋਈ ਸਖਤ ਕਦਮ ਚੁੱਕਣੇ ਪਏ ਤਾਂ ਉਹ ਜ਼ਰੂਰ ਚੁੱਕੇ ਜਾਣਗੇ ਵੀ ਉਹ ਕੇਂਦਰ ਦੇ ਧਿਆਨ ਦੇ ਵਿੱਚ ਲਿਆ ਕੇ ਅਸੀਂ ਮਨਜ਼ੂਰੀ ਲੈ ਕੇ ਕਰਾਂਗੇ, ਠੀਕ ਹੈ। ਉਹਨਾਂ ਨੇ ਅਪੀਲ ਕੀਤੀ ਆ ਭਾਜੀ, ਠੀਕ ਹੈ ਭਾਈ, ਜਿੱਥੇ ਵੀ ਜਾਂਦੇ ਆ ਮਾਸਕ ਲਾਓ, ਠੀਕ ਹੈ ਜੀ, ਡਿਸਟੈਂਸ ਦਾ ਖਿਆਲ ਰੱਖੋ। ਬਿਲਕੁਲ ਜੀ ਬਿਲਕੁਲ, ਜੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੇ ਵੀ ਕੋਈ ਸਿੰਪਟਮ ਹੈਗੇ ਆ, ਹਾਂਜੀ ਹਾਂਜੀ, ਤੇ ਉਹ ਗਰੇਜ ਕਰੇ ਜਾਣ ਤੋਂ, ਆਪਣੇ ਆਪ ਨੂੰ ਆਈਸੋਲੇਟ ਕਰ ਲਓ ਜੀ, ਸਭ ਤੋਂ ਵੱਡਾ ਕਰ ਲਓ, ਹਾਂਜੀ ਹਾਂਜੀ, ਪਬਲਿਕ ਦੀ ਜਿੱਥੇ ਗੈਦਰਿੰਗ ਜ਼ਿਆਦਾ ਉੱਥੇ ਨਾ ਜਾਓ, ਨਾ ਜਾਓ, ਬਿਲਕੁਲ, ਠੀਕ ਹੈ ਨਾ ਜੀ। ਇਹ ਚੀਜ਼ਾਂ ਨੂੰ ਲੈ ਕੇ ਉਹ ਆਪ ਵੀ ਚਿੰਤਤ ਆ, ਹਾਂਜੀ ਹਾਂਜੀ, ਕਿਉਂਕਿ ਪਿਛਲੇ ਦਿਨ ਉਹ ਆਪ ਵੀ ਕਈ 2-4 ਦਿਨ ਘਰ ਰਹੇ ਆ, ਕਾਦਵਾਸ 'ਚ ਰਹੇ ਆ, ਠੀਕ ਹੈ, ਕਿਉਂਕਿ ਜਦੋਂ ਹੁਣ ਪਬਲਿਕ ਨੂੰ ਮਿਲਣਾ ਆ, ਹਾਂਜੀ ਹਾਂਜੀ, ਉਹ ਚੀਜ਼ਾਂ ਦਾ ਕਰਨਾ ਤਾਂ ਪੈਂਦਾ ਹੀ ਆ ਭਾਜੀ। ਬਿਲਕੁਲ ਜੀ, ਦੇਖੋ ਇੱਕ ਪੋਲੀਟੀਕਲ ਜਿਹੜਾ ਬੰਦਾ ਇੱਕ ਸਟੇਟ ਦਾ ਹੈਡ ਆ, ਉਹਨੂੰ ਸਾਰਾ ਕੁਝ ਹੀ ਦੇਖਣਾ ਪੈਂਦਾ, ਉਹਨੂੰ ਜਾਣਾ ਵੀ ਪੈਣਾ, ਸਮਾਗਮ ਵੀ ਅਟੈਂਡ ਕਰਨੇ ਪੈਣੇ ਆ ਉਹਨਾਂ ਨੂੰ, ਤੇ ਪ੍ਰੈਸ ਕਾਨਫਰੰਸ ਜਿਹੜੀਆਂ ਉਹਨਾਂ ਨੂੰ ਵੀ ਅਟੈਂਡ ਕਰਨਾ ਪੈਣਾ। ਹੁਣ ਆਪਣੇ ਅਲਬਰਟਾ ਦੇ ਪ੍ਰੀਮੀਅਰ ਸਾਹਿਬ ਲਾ ਲਓ, 2 ਵਾਰੀ ਕਾਦਵਾਸ 'ਚ ਜਾ ਚੁੱਕੇ ਥੋੜੇ ਥੋੜੇ ਦਿਨਾਂ ਲਈ, ਹਾਂਜੀ ਹਾਂਜੀ, ਠੀਕ ਹੈ, ਕਿਉਂਕਿ ਹੁਣ ਪਬਲਿਕ ਦੇ ਵਿੱਚ ਜਾਣਾ ਭਾਜੀ ਪਤਾ ਨਹੀਂ ਹੁੰਦਾ ਅਗਲਾ ਬੰਦਾ ਕਿੱਥੋਂ ਆਇਆ ਕੌਣ ਆ। ਬਿਲਕੁਲ ਜੀ ਬਿਲਕੁਲ ਬਿਲਕੁਲ, ਹਾਂ, ਇਸ ਕਰਕੇ ਭਾਈ ਸਾਰਿਆਂ ਨੂੰ ਬੇਨਤੀ ਆ ਵੀ ਇਹ ਤੋਂ ਥੋੜਾ ਜਿਹਾ ਫਿਰਾ ਤੋਰਾ ਦਾ ਧਿਆਨ ਰੱਖੋ, ਬਚਣਾ ਚਾਹੀਦਾ ਜੀ। ਸੋ ਅਗਲੀ ਖਬਰ ਜਿਹੜੀ ਪੰਜਾਬ ਤੋਂ ਜੀ, ਸਰਦਾਰ ਸਰਦੇਵ ਸਿੰਘ ਢੀਂਡਸਾ ਜਿਹੜੇ ਆ, ਹਾਂਜੀ, ਉਹ ਤੇ ਕੁਝ ਹੋਰ ਬੁੱਧੀਜੀਵੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਇਹਦਾ ਬਾਦਲ ਪਰਿਵਾਰ ਤੋਂ ਕਹਿ ਲਓ ਜਾਂ SCPC ਮੁਕਤ ਕਰਾਉਣ ਲਈ ਕੋਈ ਸਮਾਗਮ ਸ਼ੁਰੂ ਕੀਤਾ ਜੀ। ਹਾਂਜੀ ਹਾਂਜੀ ਭਾਜੀ, ਜਿਹੜੇ ਆਪਣੇ ਸਰਦੇਵ ਸਿੰਘ ਢੀਂਡਸਾ ਜੀ ਆ, ਸੀਨੀਅਰ ਲੀਡਰ ਆ, ਹਾਂਜੀ ਹਾਂਜੀ, ਸਿਆਣੇ ਆ, ਬਜ਼ੁਰਗ ਜਿੱਦਾਂ ਕਹਿ ਸਕਦੇ ਹਾਂ, ਹਾਂਜੀ ਹਾਂਜੀ, ਤੇ ਮੌਜੂਦਾ ਰਾਜ ਸਭਾ ਮੈਂਬਰ ਵੀ ਹੈ ਅਕਾਲੀ ਦਲ ਵੱਲੋਂ ਹੀ ਆ, ਠੀਕ ਹੈ, ਹਜੇ ਉਹਨਾਂ ਨੇ ਕੋਈ ਰਿਜ਼ਾਇਨ ਨਹੀਂ ਦਿੱਤਾ ਕਿਉਂਕਿ ਹਜੇ ਉਹ ਆਪਣਾ ਜਿਹੜਾ ਸਮਾਂ ਪੂਰਾ ਕਰਨਗੇ, ਠੀਕ ਹੈ, ਤੇ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟ ਤੇ ਉਹਦੇ ਉਹ ਹੈ ਤੇ ਪ੍ਰਧਾਨ ਨੇ, ਠੀਕ ਹੈ, ਉਹਨਾਂ ਦੇ ਇੱਕ ਚੀਜ਼ ਸਾਹਮਣੇ ਆਈ ਆ ਵੀ ਜਿੱਦਾਂ ਮੈਂ ਇੱਕ ਚੀਜ਼ ਦੇਖੀ ਆ ਵੀ ਜਦੋਂ ਤਾਂ ਆਪਾਂ ਪਾਰਟੀ 'ਚ ਹੁੰਦੇ ਹਾਂ, ਪਰਿਵਾਰ 'ਚ ਹੁੰਦੇ ਹਾਂ, ਹਾਂਜੀ, ਹੁਣ ਆਪਾਂ ਹੀ ਲਾ ਲਓ, ਹਾਂਜੀ, ਆਪਾਂ ਦੋਨੇ ਭਰਾ ਇਕੱਠੇ ਬਹਿੰਦੇ ਹਾਂ, ਹਾਂਜੀ ਹਾਂਜੀ, ਤੇ ਕੱਲ੍ਹ ਨੂੰ ਜੇ ਕੋਈ ਮਾੜੀ ਜਿਹੀ ਗੱਲਬਾਤ ਹੋ ਜਾਂਦੀ ਆ ਤਾਂ ਕੰਧ ਪਾਉਣੀ ਆ, ਹਾਂ ਬਿਲਕੁਲ ਬਿਲਕੁਲ, ਠੀਕ ਹੈ, ਕੰਧ ਪਾਉਣ ਤੋਂ ਬਾਅਦ ਫਿਰ ਇੱਕ ਦੂਜੇ ਦੇ ਵਿਰੁੱਧ ਅਸੀਂ ਬੋਲਾਂਗੇ, ਲੱਤਾਂ ਖਿੱਚਣੀਆਂ, ਚਿੱਕੜ ਸਿੱਟਣਾ ਇੱਕ ਦੂਜੇ ਦੇ, ਹਾਂ, ਤੁਸੀਂ ਸਿਰੇ ਲਾਤੀ ਗੱਲ, ਵੈਸੇ ਗੱਲ ਕਹਿ ਕੇ, ਤੇ ਉਹਨਾਂ ਨੇ ਭਾਜੀ ਹੁਣ ਇੱਕ ਨਾ ਸਮਾਗਮ ਕੀਤਾ ਤੇ ਉਹਦੇ ਵਿੱਚ ਕਾਫੀ ਬੁਲਾਰੇ ਸੀਗੇ, ਠੀਕ ਹੈ ਜੀ, ਜਿਹੜੇ ਕਿ ਅਕਾਲੀ ਦਲ ਦੇ ਵਿੱਚੋਂ ਬਾਗੀ ਵੀ ਆ ਤੇ ਕੁਝ ਬੁੱਧੀਜੀਵੀ ਵੀ ਸੀ, ਠੀਕ ਹੈ, ਉਹਨਾਂ ਨੇ ਇੱਕ ਗੱਲ ਕਹੀ ਆ ਵੀ ਅਸੀਂ ਚਾਹੁੰਦੇ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਾਂਜੀ ਹਾਂਜੀ, ਜਿਹੜੀ ਇਹ ਸੁਪਰੀਮ ਆ ਸਿੱਖਾਂ ਦੀ, ਹਾਂਜੀ ਹਾਂਜੀ, ਵੀ ਉਹਦੇ ਤੋਂ ਕੁਝ ਰਾਜਸੀ ਪ੍ਰਧਾਨਾਂ ਤੋਂ, ਹਾਂਜੀ ਹਾਂਜੀ, ਮੁਕਤ ਕਰਾਇਆ ਜਾਵੇ, ਰਾਜਸੀ ਪ੍ਰਧਾਨ ਹੁਣ ਸਪਸ਼ਟ ਹੀ ਦੀਦਾ, ਹਾਂਜੀ ਹਾਂਜੀ, ਠੀਕ ਹੈ ਜੀ, ਉਹ ਕਿੰਨਾ ਦਾ ਹੋ ਸਕਦਾ, ਬਿਲਕੁਲ ਜੀ ਬਿਲਕੁਲ, ਤੇ ਜਦੋਂ ਤਾਂ ਆਪਾਂ ਹੁੰਨੇ ਆ ਤਾਂ ਹੁੰਨੇ ਹੀ ਆ, ਉਦੋਂ ਤਾਂ ਨਾਲ ਹੀ ਹੁੰਨੇ, ਤਾਂ ਜਦੋਂ ਨਹੀਂ ਹੁੰਨੇ ਤਾਂ ਫਿਰ ਨਹੀਂ ਹੁੰਦੇ, ਬਿਲਕੁਲ, ਬੇਸਿਕਲੀ ਉਹਨਾਂ ਨੇ ਇਹ ਕਿਹਾ ਵੀ ਸਿਆਸਤ ਤੋਂ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੂੰ ਅਲੱਗ ਰੱਖਿਆ ਜਾਵੇ, ਅਲੱਗ ਰੱਖਿਆ ਜਾਵੇ, ਪਰ ਭਾਜੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਾਂਜੀ, ਕਿਉਂਕਿ ਜਿੰਨੀ ਜਦੋਂ ਤੱਕ ਮੈਂ ਜ਼ਿਆਦਾ ਦੇਖਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜ਼ਿਆਦਾ ਬਣਦੇ ਆ, ਹਾਂਜੀ ਹਾਂਜੀ ਹਾਂਜੀ, ਬਹੁਮਤ ਹੁੰਦਾ ਆ, ਬਿਲਕੁਲ, ਹੋਰ 20 ਪਾਰਟੀਆਂ ਦੇ ਨੁਮਾਇੰਦੇ ਜਿੱਤਦੇ ਆ, ਪਰ ਨਹੀਂ ਮੈਂ ਦੇਖਿਆ ਵੀ ਇਹਨਾਂ ਦਾ ਬਹੁਮਤ ਹੋਣ ਕਰਕੇ ਪ੍ਰਧਾਨ ਵੀ ਇਹਨਾਂ ਦੀ ਮਰਜ਼ੀ ਨਾਲ ਬਣਦਾ, ਬਿਲਕੁਲ ਜੀ ਬਿਲਕੁਲ, ਅਕਾਲੀ ਦਲ ਸਾਹਿਬ ਦੇ ਜਥੇਦਾਰ ਵੀ ਉਹੀ ਥਾਪੇ ਜਾਂਦੇ ਆ, ਤੇ ਜਿਹੜੇ ਵਿੱਚ ਸੈਕਟਰੀ ਬਣਦੇ ਆ ਜਾਂ ਹੋਰ ਬਣਦੇ ਆ ਉਹ ਸਾਰੇ ਇਹਨਾਂ ਦੀ ਜਿੰਨੇ ਵੀ ਅਹੁਦੇ ਦਿੱਤੇ ਜਾਂਦੇ ਉਹਨਾਂ ਦੇ ਆਪਣੇ ਹਿਸਾਬ ਨਾਲ ਦਿੱਤੇ ਜਾਂਦੇ,
ਜਿਤਾਇਆ ਹੁੰਦਾ। ਹਾਂਜੀ ਲੋਕਾਂ ਦੀ ਨੁਮਾਇੰਦਗੀ ਕਰਦੇ ਆ, ਠੀਕ ਹੈ ਜੀ, ਲੋਕਾਂ ਨੇ ਮੈਂਬਰਾਂ ਨੂੰ ਵੋਟਾਂ ਪਾਉਣੀਆਂ, ਸਾਡਾ ਕੋਈ ਲੈਣ ਦੇਣ ਨਹੀਂ, ਬਿਲਕੁਲ ਬਿਲਕੁਲ, ਸਾਡੇ ਕੈਂਡੀਡੇਟ ਜ਼ਰੂਰ ਖੜਦੇ ਆ। ਹਾਂਜੀ ਹਾਂਜੀ, ਕਿਉਂਕਿ ਮੈਂ ਜਿੱਥੇ ਤੱਕ ਦੇਖਿਆ ਜੀ, ਕਿਉਂਕਿ ਕਾਂਗਰਸ ਨੇ ਅੱਜ ਤੱਕ ਕੋਈ ਇਲੈਕਸ਼ਨ ਨਹੀਂ ਲੜੀ, ਹਾਂਜੀ SGPC ਦੀ ਕੋਈ ਵੀ ਇਲੈਕਸ਼ਨ ਨਹੀਂ ਲੜੀ, ਬਿਲਕੁਲ, ਆਉਣ ਵਾਲੇ ਸਮੇਂ ਚ ਕੋਈ ਇਹੋ ਜਿਹਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਕਿਉਂਕਿ ਮੈਂਬਰ ਜੇ ਕੋਈ ਬਾਹਰ ਆ ਜਾਣ। ਹਾਂਜੀ ਹਾਂਜੀ ਬਿਲਕੁਲ, ਨਾਲੇ ਧਾਮੀ ਸਾਹਿਬ ਏਦਾਂ ਹੁੰਦੀ ਕਿ ਹਰ ਇੱਕ ਜੇ ਕੋਈ ਸੰਸਥਾ ਦੇ ਵਿੱਚ ਤੁਹਾਡਾ ਬਹੁਮਤ ਆ ਤਾਂ ਵੋਟਾਂ ਪਾ ਕੇ ਤੁਹਾਡੇ ਨੁਮਾਇੰਦੇ ਚੁਣੇ ਗਏ ਆ, ਤਾਂ ਬਹੁਮਤ ਤੁਹਾਡਾ ਤਾਂ ਫਿਰ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਹੀ ਹੋਣਾ ਜੀ। ਬਿਲਕੁਲ ਬਿਲਕੁਲ ਜੀ, ਹਾਂ ਉਹੀ ਗੱਲ ਆ ਗਈ ਨਾ ਜੀ, ਤੇ ਫਿਰ ਢੀਂਡਸਾ ਸਾਹਿਬ ਨੇ ਕਿਹਾ ਵੀ ਆਪਾਂ ਹਰ ਵਾਹ ਲਾ ਦੇਵਾਂਗੇ, ਹਾਂਜੀ ਹਾਂਜੀ, ਵੀ ਇਹਨੂੰ SGPC ਨੂੰ ਜਿਹੜਾ ਰਾਸ਼ਟਰੀ ਪ੍ਰਧਾਨ ਆ ਉਹਨਾਂ ਤੋਂ ਮੁਕਤ ਕਰਾਈਏ, ਠੀਕ ਹੈ ਜੀ, ਤੇ ਵੱਖਰੇ ਵੱਖਰੇ ਜਿੱਦਾਂ ਵਿਚਾਰ ਹਰੇਕ ਦੇ ਹੁੰਦੇ ਆ, ਠੀਕ ਹੈ ਜੀ, ਜਿਹੜੇ ਬੁੱਧੀਜੀਵੀ ਸੀਗੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਜਿਹੜਾ ਧਰਮ ਆ ਉਹਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ, ਬਿਲਕੁਲ ਜੀ, ਜਿਹੜੇ ਮੈਂਬਰ ਬਣਦੇ ਆ ਉਹਨਾਂ ਨੂੰ ਰਾਜਸੀ ਪਾਰਟੀਆਂ ਦੇ ਨਾਲ ਨਹੀਂ ਸੰਬੰਧ ਰੱਖਣੇ ਚਾਹੀਦੇ, ਕਿਉਂਕਿ ਧਰਮ ਪ੍ਰਚਾਰ ਦੇ ਹੋਣੇ ਚਾਹੀਦੇ ਆ, ਤੇ ਬਾਕੀ ਪਤਾ ਸਾਰਿਆਂ ਨੂੰ ਹੀ ਆ ਭਾਜੀ, ਠੀਕ ਹੈ ਭਾਈ, ਨਾ ਰਾਜਨੀਤੀ SGPC ਤੋਂ ਬਗੈਰ ਚੱਲਣੀ ਆ ਤਾਂ ਨਾ SGPC ਚੱਲਣੀ ਆ, ਕਿਉਂਕਿ ਉੱਥੇ ਹਰ ਬੰਦਾ ਜਾਂਦਾ, ਸਤਿਕਾਰ ਕਰਦੇ ਆ ਦਰਬਾਰ ਸਾਹਿਬ ਦੇ, ਚਾਰ ਦਰਵਾਜੇ ਤਾਂ ਹੀ ਰੱਖੇ ਗਏ ਸੀ ਵੀ ਚੌਹਾਂ ਦਿਸ਼ਾ ਤੋਂ ਜਿਹੜਾ ਮਰਜ਼ੀ ਆ ਸਕਦਾ, ਬਿਲਕੁਲ, ਠੀਕ ਹੈ ਜੀ, ਅਕਸਰ ਹੁਣ ਜਿੱਦਾਂ ਮੰਨ ਲਓ ਕੱਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪਹਿਲਾਂ ਮਨਾਇਆ, ਫਿਰ ਹੁਣ ਸ਼ਤਾਬਦੀ ਵਾਲੀ ਆ, ਉਹ ਆਪਾਂ ਪਹਿਲਾਂ ਗੱਲਬਾਤ ਗਾਂਹ ਜਾ ਕੇ ਕਰਦੇ ਆ, ਤੇ ਪਰ ਮੈਨੂੰ ਇੱਕ ਚੀਜ਼ ਨਹੀਂ ਸਮਝ ਲੱਗੀ ਵੀ ਹੁਣ ਇੱਕ ਦੂਜੇ ਤੇ ਜਿਹੜਾ ਇਹ ਦੂਸ਼ਣਬਾਜ਼ੀ ਜੀ ਚੱਲ ਪਈ ਆ, ਕੀ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਜਨਤਾ ਵਾਸਤੇ ਆਮ ਲੋਕਾਂ ਵਾਸਤੇ ਕੀ ਉਹ ਸਾਬਤ ਹੋ ਸਕਦੀ ਆ? ਮੈਨੂੰ ਨਹੀਂ ਲੱਗਦਾ ਧਾਮੀ ਸਾਹਿਬ ਇੰਨਾ ਕੋਈ ਫਰਕ ਪਊਗਾ, ਕਿਉਂਕਿ ਉਹੀ ਮੈਂਬਰ ਜਿਹੜੇ ਆ ਉਹਨਾਂ ਦੇ ਪਹਿਲਾਂ ਖੜਦੇ ਉਹੀ ਹੁਣ ਖੜਨੇ, ਹਾਂਜੀ ਰਾਈਟ, ਤੇ ਹੁਣ ਜਿੱਥੇ ਤੱਕ ਕਾਂਗਰਸ ਦੀ ਤੁਸੀਂ ਗੱਲ ਕੀਤੀ ਵੀ ਪਹਿਲਾਂ ਚੋਣਾਂ 'ਚ ਨਹੀਂ, ਤੇ ਪਹਿਲਾਂ ਪਿੱਛੇ ਰੌਲਾ ਪੈਂਦਾ ਸੀ ਵੀ ਇਹ ਲੜਨਗੇ ਚੋਣਾਂ, ਪਰ ਇਹਨਾਂ ਨੇ ਆਪਣੇ ਬੰਦੇ ਨਹੀਂ ਖੜਾਏ, ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਸੋ ਜੇ ਹੁਣ ਤੁਸੀਂ ਬੰਦੇ ਇਹ ਹੋ ਸਕਦਾ ਸੁਦੇਵ ਸਿੰਘ ਢੀਂਡ ਸਾਹਿਬ ਨੇ ਆਪਣੀ ਕੋਸ਼ਿਸ਼ ਕਰਨ, ਹਾਂਜੀ, ਤੇ ਦੇਖੋ ਅੱਗੇ ਰਿਜ਼ਲਟ ਕੀ ਆਉਂਦੇ। ਪਰ ਮੈਨੂੰ ਭਾਜੀ ਇੱਕ ਚੀਜ਼ ਸਮਝ ਨਹੀਂ ਲੱਗੀ ਵੀ ਇਹ ਕੀ ਚਾਹੁੰਦੇ ਕੀ ਆ? ਭਾਜੀ ਲੱਤ ਖਿੱਚਣੀ, ਬਸ ਇਹ ਵੀ ਹੋ ਸਕਦਾ, ਇਹ ਵੀ ਆਪਾਂ ਕੋਈ ਵੀ ਕੰਮ ਕਰਦੇ ਹਾਂ ਅੜਿੱਕਾ ਡਾਉਣਾ, ਲੱਤ ਖਿੱਚਣੀ ਆ ਕਿਸੇ ਦੀ, ਮਤਲਬ ਉਹਨੂੰ ਆਪਾਂ ਕੋਸ਼ਿਸ਼ ਤਾਂ ਇਹ ਕਰਦੇ ਹਾਂ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਬਦਨਾਮ ਕੀਤਾ ਜਾਵੇ, ਬਿਲਕੁਲ ਬਿਲਕੁਲ ਭਾਜੀ ਬਿਲਕੁਲ, ਬਾਕੀ ਹੋਰ ਕੋਈ ਮੈਨੂੰ ਨਹੀਂ ਲੱਗਦਾ ਐਡੀ ਕੋਈ ਗੱਲ ਹੈਗੀ ਆ, ਬਾਕੀ ਦੇਖੋ ਵੋਟਰ ਸਿਆਣੇ ਆ, ਹਾਂਜੀ, ਪੰਜਾਬ ਦੇ ਨਾਲੇ ਉਹ 'ਚ ਹੈ ਹੀ ਸਾਰੇ ਸਿੱਖ ਵੋਟਰ ਆ ਜੀ, ਭਾਜੀ ਪਤਾ ਚੱਕਰ ਕੀ, ਦੇਖੋ ਵੋਟਾਂ ਪਿੰਡਾਂ ਦੀਆਂ ਪੈਂਦੀਆਂ, ਹਾਂਜੀ ਹਾਂਜੀ, ਸ਼ਹਿਰਾਂ ਦੀਆਂ ਵੀ ਪੈਂਦੀਆਂ, ਪਰ ਲੋਕੀ ਕਿੱਥੇ ਖੜਦੇ ਕੀ ਸਟੈਂਡ ਲੈਂਦੇ ਉਹਦੇ ਬਾਰੇ ਹਜੇ ਕੁਝ ਪਤਾ ਨਹੀਂ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਹਾਂ, ਤੇ ਧਾਮੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ 100 ਸਾਲਾ ਸ਼ਤਾਬਦੀ ਦਿਵਸ ਮਨਾਇਆ ਗਿਆ ਜੀ, ਹਾਂਜੀ, ਉਹਦੇ ਬਾਰੇ ਕੁਝ ਦੱਸੋ ਜੀ। ਬਿਲਕੁਲ ਭਾਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100 ਸਾਲਾ ਹੋ ਗਿਆ ਜੀ ਬਣਿਆ ਨੂੰ, ਹਨਾ, ਹਾਂਜੀ ਹਾਂਜੀ, ਤੇ ਕੱਲ ਸ਼ਤਾਬਦੀ ਸਮਾਗਮ ਚੱਲ ਰਹੇ ਸੀਗੇ, ਠੀਕ ਹੈ ਜੀ, ਤੇ ਉਹਦੇ ਉੱਤੇ ਚਲੋ ਪ੍ਰਧਾਨ ਸਾਹਿਬ ਹੁਣੀ ਵੀ ਬੋਲੇ ਆ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਬੋਲੇ ਆ, ਲੇਕਿਨ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੀ ਇੱਕੋ ਹੀ ਮੰਚ ਤੋਂ ਇਹ ਦੇਖੇ ਗਏ ਆ, ਠੀਕ ਹੈ, ਤੇ ਹਰੇਕ ਬੰਦੇ ਨੇ ਆਪਣੇ ਆਪਣੇ ਵਿਚਾਰ ਦਿੱਤੇ ਆ, ਹਾਂਜੀ ਹਾਂਜੀ, ਤੇ ਉਹਦੇ ਉੱਤੇ ਸੁਖਬੀਰ ਸਿੰਘ ਬਾਦਲ ਹੁਣੀ ਇੱਕੋ ਗੱਲ ਕਹੀ ਸੀ ਬਈ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਹਾਂਜੀ ਹਾਂਜੀ, ਉਹ ਅਲੱਗ ਆ, ਹਾਂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਆ, ਠੀਕ ਹੈ ਜੀ, ਠੀਕ ਹੈ ਜੀ, ਉਹਦੇ ਬਾਰੇ ਹੁਣ ਕੀ ਆਉਣ ਵਾਲੇ ਦਿਨਾਂ ਵਿੱਚ ਸਪਸ਼ਟੀਕਰਨ ਕਰਦੇ ਆ, ਤੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇਹ ਪੋਲੀਟੀਕਲ ਤੌਰ ਤੇ ਤਾਂ ਇਹ ਗੱਲਾਂ ਹੋਈਆਂ ਹੀ ਆ। ਹੁਣ ਧਾਮੀ ਸਾਹਿਬ ਇੱਦਾਂ ਹੁੰਦਾ ਕਿ ਮੰਚ ਜਦੋਂ ਤੁਸੀਂ ਸਾਂਝਾ ਕਰਨਾ, ਹਾਂਜੀ, ਤੇ ਉੱਥੇ ਤਾਂ ਹੁਣ ਤੁਸੀਂ ਗੁਰਦੁਆਰਾ ਸਾਹਿਬ ਦਾ ਜੇ ਉਹ ਕਹਿ ਲਓ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਆ, ਹਾਂਜੀ ਹਾਂਜੀ, ਤੇ ਜੇ ਉਹ ਇੱਕ ਸੰਸਥਾ ਆ ਤਾਂ ਉਹ ਹੁਣ ਨਾਲੇ ਹੈ ਵੀ ਸਿੱਖਾਂ ਦੀ ਜਿਹੜੀ ਆ ਨੁਮਾਇੰਦਗੀ ਕਰਦੀ ਆ, ਹਾਂਜੀ ਹਾਂਜੀ, ਤੇ ਉਹਨਾਂ ਦਾ ਫਿਰ ਅਫਕੋਰਸ ਉੱਥੇ ਜਾ ਕੇ ਉਹਨਾਂ ਨੇ ਮੰਚ ਨੂੰ ਤਾਂ ਸੰਭਾਲਣਾ ਹੀ ਹੈ ਜੀ, ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਸੋ ਹੁਣ ਗੱਲ ਕਰਾਂਗੇ ਧਾਮੀ ਸਾਹਿਬ ਆਪਾਂ ਥੋੜ੍ਹੀ ਜਿਹੀ ਦੇਸ਼ ਵਿਦੇਸ਼ ਦੀ, ਹਾਂਜੀ, ਤੇ ਬ੍ਰਿਟੇਨ ਤੋਂ ਇੱਕ ਕਹਿੰਦੇ ਸਿੱਖ ਬੀਬੀ ਜਿਹੜੀ ਆ ਕਾਫੀ ਬਜ਼ੁਰਗ ਬੀਬੀ ਆ, ਹਾਂਜੀ, ਉਹਨੂੰ ਵਾਪਸ ਲੱਗੇ ਸੀ ਭੇਜਣ, ਤੇ ਕਾਫੀ ਲੋਕਾਂ ਨੇ ਉਹਦੇ ਹੱਕ 'ਚ ਕਿਹਾ ਵੀ ਇਹਨੂੰ ਨਹੀਂ ਭੇਜਣਾ ਚਾਹੀਦਾ, ਉਹਦੇ ਬਾਰੇ ਦੱਸੋ। ਹਾਂਜੀ ਭਾਜੀ, ਉਹ ਗੱਲ ਸਾਹਮਣੇ ਆਈ ਆ, ਜਿਹੜੇ ਆਪਣੇ ਬੀਬਾ ਜੀ ਆ ਬਜ਼ੁਰਗ ਆ 75 ਸਾਲ ਦੇ ਆ, ਠੀਕ ਹੈ ਜੀ, ਲਾਸਟ ਨੇਮ ਉਹਨਾਂ ਦਾ ਸੌਤਾ ਆ, ਹਾਂਜੀ ਹਾਂਜੀ, ਤੇ ਆਪਾਂ ਫਸਟ ਨੇਮ ਤਾਂ ਨਹੀਂ ਦੱਸਾਂਗੇ ਕਿਉਂਕਿ ਹੁਣ ਬਾਕੀ ਜਾਣਕਾਰੀ ਅਸੀਂ ਕਈ ਵਾਰੀ ਪ੍ਰਾਈਵੇਸੀ ਤੌਰ ਤੇ ਨਹੀਂ ਵੀ ਦੇ ਸਕਦੇ, ਲੇਕਿਨ ਉਹ ਉਹਨਾਂ ਦੇ ਇੱਕ ਇਲਜ਼ਾਮ ਲੱਗਾ, ਉਹਨਾਂ ਦਾ ਆਪਣਾ ਘਰ ਵੀ ਉੱਥੇ ਹੈਗਾ, ਸਾਰਾ ਕੁਝ ਹੈਗਾ, ਲੇਕਿਨ ਉਹਨਾਂ ਦੇ ਹੁਣ ਕੀ ਇਲਜ਼ਾਮ ਲਾ ਰਹੀ ਆ ਉੱਥੇ ਦੀ ਬ੍ਰਿਟਿਸ਼ ਸਰਕਾਰ ਵੀ ਇਹ ਜੀ ਰਿਫਿਊਜੀ ਆ ਲੀਗਲ ਤੌਰ ਤੇ ਨਹੀਂ ਰਹਿ ਰਹੇ, ਉਹ ਠੀਕ ਹੈ ਵੀ ਉਹਨਾਂ ਕੋਲ ਕਾਗਜ਼ ਪੱਤਰ ਹੈ ਨਹੀਂ ਕੋਈ ਵੀ, ਪਰ ਠੀਕ ਹੈ ਤੁਹਾਨੂੰ ਸਾਹਿਬ, ਠੀਕ ਹੈ ਜੀ, 2009 ਦੇ ਵਿੱਚ ਉਹ ਆਏ ਸੀਗੇ, ਹਾਂਜੀ, ਤੇ ਇਸ ਵੇਲੇ ਹੁਣ ਤੁਸੀਂ ਦੇਖ ਲਓ ਵੀ 11 ਸਾਲ ਹੋ ਗਏ ਸਮਝ ਲਓ, ਹਾਂਜੀ ਹਾਂਜੀ, ਆਇਆ ਨੂੰ, ਤੇ ਹੁਣ ਉਹ ਕਹਿੰਦੇ ਆ ਵੀ ਤੁਸੀਂ ਆਪਣੇ ਦੇਸ਼ 'ਚ ਜਾ ਕੇ ਰਹੋ, ਠੀਕ ਹੈ ਜੀ,
पर गल स्पष्ट की एक अपील लाई है जी ठीक है जी अपनी सिख संगत ने भी अपील वास्ते दस्तखत करवाने शुरू किए आने वाले समय उस चीज न ਕਿੱਥੇ ਕੁ ਤੱਕ ਕਾਮਯਾਬੀ ਮਿਲਦੀ ਆ ਠੀਕ ਹੈ ਜਾਂ ਉਹਨਾਂ ਨੂੰ ਸਟੇ ਮਿਲਦਾ ਆ ਜਾਂ ਵੀ ਆਪਾਂ ਕਹਿ ਸਕਦੇ ਆ ਵੀ ਉਹਨਾਂ ਨੂੰ ਜਾਣਾ ਪੈਂਦਾ ਆ ਤੇ ਕੀ ਆਪਾਂ ਕਈ ਵਾਰੀ ਭਾਜੀ ਇਦਾਂ ਹੁੰਦਾ ਵੀ ਆਪਣੇ ਇਹ ਜਿਹੜੇ ਦੇਸ਼ ਆ ਬਾਹਰਲੇ ਹਾਂਜੀ ਇੱਥੇ ਮਚਲਕਾ ਹੋ ਜਾਂਦੀਆਂ ਚੀਜ਼ਾਂ ਜਿੱਦਾਂ ਵੀ ਆਪਾਂ ਜ਼ਿੰਮੇਵਾਰੀ ਲੈ ਲੈਂਦੇ ਹਾਂ ਬੰਦਿਆਂ ਦੀ ਵੀ ਆਪਾਂ ਇੰਨਾ ਟਾਈਮ ਲਈ ਸਟੇ ਕਰਾ ਲੈਂਦੇ ਵੀ ਅਸੀਂ ਜੀ ਇਹਨਾਂ ਦਾ ਖਰਚਾ ਚੱਕਾਂਗੇ ਕੋਈ ਵੀ ਕਿਉਂਕਿ ਪਰ ਉਹ ਬਿਨਾਂ ਕਾਗਜ਼ਾਂ ਤੋਂ ਰਹਿਣ ਦੇ ਨਾਲ ਉਹ ਇੰਨਾ ਟਾਈਮ ਹੋ ਗਿਆ ਰਹਿੰਦਿਆਂ ਨੂੰ ਤੇ ਉਹਨਾਂ ਦਾ ਗੁਜ਼ਾਰਾ ਕਿੱਦਾਂ ਚੱਲਦਾ ਹੋਊਗਾ बिलकुल पिछले 24 घंटे दौरान 580 जिहड़ियां मौतां होईयां जी उत्थे ठीक है जी हुण तक जिहड़े टोटल उन्होंने दस्या पीड़ित 35,809 होए आ जी ठीक है जी पर मैनू एक चीज कोई टाइम भी इटली नू कहिंदे सीगे भी कोई भी कोरोना दा केस है नहीं गा खत्म हो गया कोरोना मुक्त हो चुके इस टाइम भाजी उ केसा की जिस हिसाब गलबात मैं देखी आ इटली दी सामने आई आ परिवार दा जी जांदा ओह तां नुकसान तां नुकसान ही है ते चाहे एक होवे ते चाहे ओह तां बहुत वड्डे नंबर है ਤੁਸੀਂ ਇਹ ਦੇਖੋ ਵੀ ਉੱਥੋਂ ਸਾਡੇ ਜਿਹੜੇ ਜਿਨ੍ਹਾਂ ਨੇ ਰਿਪੋਰਟ ਸਾਨੂੰ ਦਿੱਤੀ ਆ ਸਾਡੇ ਸਹਿਯੋਗੀਆਂ ਨੇ ਉਹ ਕਹਿੰਦੇ ਵੀ ਘਰ ਦੇ ਵਿੱਚ ਹੁਣ ਅਸੀਂ ਕਈ ਵਾਰੀ ਕੰਮ ਤੋਂ ਆ ਕੇ ਜਦੋਂ ਨਹਾ ਕੇ ਹਟਦੇ ਹਾਂ ਜਾਂ ਕਿੱਦਾਂ ਵੀ ਅਸੀਂ ਛਿੱਕ ਵੀ ਮਾਰਦੇ ਤੇ ਡਰ ਲੱਗਦਾ ਵੀ ਬੱਚੇ ਕਹਿੰਦੇ ਆ ਅੱਜ ਓਕੇ ਨਹੀਂ ਬਿਲਕੁਲ ਸਹੀ ਅਸੀਂ ਪੁਲਿਸ ਨੂੰ ਕਾਲ ਕਰੀਏ ਯਾਰ ਬੱਚੇ ਵੀ ਇਹ ਗੱਲ ਨੂੰ ਕਹਿਣ ਲੱਗ ਪਏ ਆ ਭਾਜੀ ਦੇਖੋ ਜਿਹੜਾ ਦਹਿਸ਼ਤ ਹੈ ਨਾ ਇਸ ਬਿਮਾਰੀ ਦੀ ਕਹਿ ਲਓ ਜਾਂ ਔਰ ਉੱਥੇ ਤਾਂ ਪਹਿਲਾਂ ਹੀ ਬਹੁਤ ਵੱਡਾ ਕਹਿਰ ਵਾਪਰ ਚੁੱਕਿਆ ਹਾਂ ਬਿਲਕੁਲ ਕਿਉਂਕਿ ਪਿੱਛੇ ਜਦੋਂ ਸ਼ੁਰੂਆਤ ਹੋਈ ਸੀ ਪਰ ਹੁਣ ਇਹ ਆ ਵੀ ਉਹ ਕੋਰੋਨੇ ਨੇ ਮੁੜ ਕੇ ਆਪਣਾ ਜਿਹੜਾ ਆ ਪ੍ਰਕੋਪ ਦਿਖਾਤਾ ਜਿਹੜੀ ਹੁਣ ਸੈਕੰਡ ਵੇਵ ਆ ਗਈ ਉਹਦੇ ਨਾਲ 500-600 ਰੋਜ ਦੀਆਂ ਮੌਤਾਂ ਹੋ ਜਾਣੀਆਂ ਬਹੁਤ ਵੱਡੀ ਗੱਲ ਹੈ ਬਿਲਕੁਲ ਬਿਲਕੁਲ ਬੜਾ ਚਿੰਤਾ ਦਾ ਵਿਸ਼ਾ ਤਾਂ ਬਹੁਤ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਜੀ ਬਾਕੀ ਮਾਲਕ ਭਲੀ ਕਰੇ ਬਿਲਕੁਲ ਜੀ ਬਿਲਕੁਲ ਆਪਾਂ ਹੁਣ ਗੱਲ ਕਰਾਂਗੇ ਜੀ ਆਪਣੇ ਸੂਬੇ ਅਲਬਰਟਾ ਦੀ ਹਾਂਜੀ ਤੇ ਇੱਥੇ ਕੋਰੋਨਾ ਦੇ ਕਿਸਮ ਬਾਰੇ ਜਾਣਕਾਰੀ ਦਿਓ ਜੀ ਅੱਜ ਦਾ ਅਪਡੇਟਸ ਅੱਜ ਵੀ ਭਾਜੀ ਪਿਛਲੇ 24 ਘੰਟਿਆਂ ਦੌਰਾਨ 5 ਮੌਤਾਂ ਹੋਈਆਂ ਠੀਕ ਹੈ ਜੀ ਤੇ ਜਿਹੜੀ ਗਿਣਤੀ ਹੈ ਇਸ ਲਈ 773 ਆ ਹਾਂਜੀ ਨਵੇਂ ਕੇਸਾਂ ਦੀ ਜੀ ਠੀਕ ਹੈ ਤੇ ਜਿਹੜੇ ਟੋਟਲ ਕੇਸ ਆ ਜੀ 40,962 ਹੋ ਗਏ ਆ ਠੀਕ ਹੈ ਜੀ ਇਹਦੇ ਨਾਲ ਹੀ ਜਿਹੜੇ ਤੰਦਰੁਸਤ ਹੋਏ ਆ ਜੀ 30,462 ਹੋਏ ਆ ਜੀ ਹਾਂਜੀ ਤੇ ਹੁਣ ਗਿਣਤੀ ਜਿਹੜੀ ਮੌਤਾਂ ਦੀ ਅੱਜ ਤੱਕ ਟੋਟਲ ਹੋ ਚੁੱਕੀ ਹੈ ਨਵੀਆਂ 5 ਮੌਤਾਂ ਦੇ ਨਾਲ ਤੇ 432 ਹੋ ਗਈ ਆ ਭਾਜੀ ਠੀਕ ਹੈ ਜੀ ਜਿਹੜੇ ਅਸਲੇ ਐਕਟਿਵ ਕੇਸ ਨੇ ਜੀ ਹਾਂਜੀ ਉਹ ਹੈਗੇ ਨੇ 10,068 ਠੀਕ ਹੈ ਜੀ ਇਸ ਤਰ੍ਹਾਂ ਹਸਪੀਟਲ ਦੇ ਵਿੱਚ ਜਿਹੜੇ 268 ਐਸੇ ਪੇਸ਼ੈਂਟ ਦਾਖਲ ਆ ਮਰੀਜ਼ ਜੀ ਤੇ ਜਿਹੜੇ 57 ਆ ਉਹ ICU ਦੇ ਵਿੱਚ ਆ ਜੀ ਠੀਕ ਹੈ ਜੀ ਜਾਨੀ ਕਿ ਕੱਲ ਥੋੜੀ ਜੀ ਮਾਤਰਾ ਵੱਧ ਸੀ ਹਾਂਜੀ ਅੱਜ ਥੋੜੀ ਜੀ 100 ਦੀ ਕਰੀਬ ਜੇ ਥੱਲੇ ਨੂੰ ਆ ਗਏ ਆ ਠੀਕ ਹੈ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਆਪਾਂ ਕੰਟਰੋਲ ਕਰ ਜਾਵਾਂਗੇ ਜੀ ਸਾਹਿਬ ਕਿਰਪਾ ਕਰਨ ਜੀ ਥੱਲੇ ਨੂੰ ਆ ਜਾਣ ਨੰਬਰ ਚੱਕਣਾ ਜੀ ਸਾਹਿਬ ਸਾਡੇ ਲੋਕ ਸਾਡੇ ਪਰਿਵਾਰ ਜਿਹੜੇ ਆ ਜੀ ਕੰਟਰੋਲ ਕਰ ਜਾਣ ਤਾਂ ਭਾਜੀ ਬਹੁਤ ਵਧੀਆ ਗੱਲ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਜੀ ਤੇ ਤਾਂ ਸਾਹਿਬ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਤੇ ਆਪਾਂ ਛੁੱਟੀਆਂ ਲਈਏ ਜੀ ਫਿਰ ਹਾਂ ਬਿਲਕੁਲ ਜੀ ਭਾਜੀ ਤੇ ਕੱਲ ਨੂੰ ਫੇਰ ਨਵੀਂ ਅਪਡੇਟ ਦੇ ਨਾਲ ਅਸੀਂ ਹਾਜ਼ਰ ਹੋਵਾਂਗੇ ਜੀ ਠੀਕ ਹੈ ਜੀ ਤੇ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਆ ਬਿਜ਼ਨਸਮੈਨ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਭਾਜੀ ਠੀਕ ਹੈ ਜੀ ਤੇ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਆ ਮੈਂ ਅੰਤ ਤਾਂ ਇਹੀ ਕਹੂੰਗਾ ਜੀ ਕਿ ਸਵਸਥ ਰਹੋ ਹਾਂ ਤੇ ਜਿੰਨਾ ਵੀ ਹੋ ਸਕਦਾ ਆਪਣੀ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਠੰਡ ਤੋਂ ਬਚੋ
हां जी ठंड तो चलो घट गई है पर जेड़ा कोरोना है वो नहीं घट रहा ओनू सानू ओते ध्यान देने दी ज्यादा लोड़ है बिल्कुल ठंड तो चलो आपा कपड़े पालांगे तो बाजांगे बिल्कुल जी ठीक है सो स्वस्थ रहो अपनी जिहड़ियां भी प्रिकॉशंस सानू स्टेट गवर्नमेंट ते साडी फेडरल गवर्नमेंट दिंदी है जी मास्क लाओ जी जिथे भी तुसी पब्लिक प्लेस ते जाना ग्रोसरी करन जांदे आ तां भी ਪੂਰੀਆਂ ਜਿਹੜੀਆਂ ਵੀ ਹਦਾਇਤਾਂ ਉਹਨਾਂ ਦਾ ਪਾਲਣ ਇਨ ਬਿਨ ਪਾਲਣ ਕਰੋ ਜੀ ਤੇ ਜੇ ਤੁਹਾਨੂੰ ਕੋਈ ਵੀ ਸਿੰਪਟਮ ਲੱਗਦਾ ਹਾਂਜੀ ਤੇ ਤੁਸੀਂ ਗੁਰੇਜ਼ ਕਰੋ ਜਾਣ ਤੋਂ ਚਾਹੇ ਉਹ ਕੰਮ ਆ ਤੇ ਚਾਹੇ ਉਹ ਤੁਸੀਂ ਗਰੋਸਰੀ ਕੰਮ ਚੱਲੇ ਚਾਹੇ ਕਿਸੇ ਵੀ ਸਮਾਗਮ ਤੇ ਚੱਲੇ ਆ ਹਾਂਜੀ ਤੇ ਇਹਨਾਂ ਚੀਜ਼ਾਂ ਤਾਂ ਮੈਂ ਤਾਂ ਇਹੀ ਕਹੂੰਗਾ ਜੀ ਕਿ ਆਪਣਾ ਆਪਣੀ ਫੈਮਿਲੀ ਦਾ ਤੇ ਆਪਣੇ ਦਾ ਧਿਆਨ ਰੱਖੀਏ ਬਿਲਕੁਲ ਜੀ ਅਖੀਰ ਦੇ ਵਿੱਚ ਅਸੀਂ ਜਿੱਦਾਂ ਬੇਨਤੀ ਕਰੀਦੀ ਆ ਵੀ ਜੇ ਕੋਈ ਤੁਸੀਂ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਕਿਸੇ ਤਰ੍ਹਾਂ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣੀ ਤੁਸੀਂ ਕਰਾਉਣੀ ਚਾਹੁੰਦੇ ਆ ਤਾਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਆ ਨੰਬਰ ਮੇਰਾ ਹੈਗਾ ਜੀ 403-472-3000 ਤੇ ਨਰਿੰਦਰਜੀਤ ਹੋਣਾ ਨਾਲ ਵੀ ਤੁਸੀਂ ਗੱਲ ਕਰ ਸਕਦੇ ਆ ਠੀਕ ਹੈ ਮੇਰਾ ਨੰਬਰ ਹੈ ਜੀ 403-870-2518 ਜੀ ਹਾਂਜੀ ਤੇ ਅਖੀਰ ਦੇ ਵਿੱਚ ਉਹੀ ਗੱਲ ਜਿਹੜੀ ਜੀ ਖੁਸ਼ ਰਿਹਾ ਕਰੋ ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਬਿਲਕੁਲ ਜੀ ਬਿਲਕੁਲ ਚਾਹੀਦੀ ਹੈ ਤਾਂ ਠੀਕ ਹੈ ਨਾ ਜੀ ਬਿਲਕੁਲ ਹਾਂਜੀ ਬਿਲਕੁਲ ਜੀ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖੁਸ਼ ਰਹੋ ਜੀ